ਤੇ ਉਹ ਤਾਂ ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਕਿ ਚਿੰਗਾਰੀਆਂ ਕਿੱਥੇ ਕਿੱਥੇ ਨੇ। ਤੇ ਫਿਰ ਜਿਹੜਾ ਇਹਨਾਂ ਦੇ ਨਾਲ ਮਤਲਬ ਇੱਕ ਨੂੰ ਦੱਬ ਦਿੱਤੇ ਤੇ ਚਾਰ ਹੋਰ ਬੁੜਕਦੇ ਆ, ਉਹ ਵੀ ਫਿਰ ਨਾਲ ਹੀ ਹੋਣਗੇ, ਤੇ ਉਹ ਬੱਸਾਂ ਦੀ ਥਾਂ ਤੇ ਘੜੂਕੇ ਜੇ ਚਲਾ ਕੇ ਉਹਨਾਂ ਨੇ ਤੇ ਕੰਮ ਉੱਥੇ ਠੱਪ ਕਰਤਾ, ਉਹ ਪਤਾ ਹੀ ਨਹੀਂ ਲੱਗਿਆ ਹੁਣ ਹੈਗੇ ਵੀ ਆ ਕਿ ਉਹ ਵੀ ਵੇਚਤੇ, ਯਾਨੀ ਪੰਜਾਬ ਟੈਰਾਂ ਤੇ, ਟੈਰਾਂ ਤੇ। ਹੈਲੋ ਦੋਸਤੋ, ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ, ਰਾਮ ਰਾਮ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਸੁਰਿੰਦਰ ਬਬਲੀ, ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਮਨਪਸੰਦ ਚੈਨਲ ਖਬਰੀ ਲਾਲ ਤੇ। ਦੋਸਤੋ, ਵੈਸੇ ਤਾਂ ਅਸੀਂ ਰੋਜ਼ ਹਰ ਇੱਕ ਨਵਾਂ ਮੁੱਦਾ ਲੈ ਕੇ ਆਉਂਦੇ ਹਾਂ, ਪਰ ਅੱਜ ਦਾ ਜਿਹੜਾ ਮੁੱਦਾ ਹੈ ਇਹ ਕੋਈ ਨਵਾਂ ਵੀ ਮੁੱਦਾ ਨਹੀਂ ਤੇ ਪੁਰਾਣਾ ਵੀ ਮੁੱਦਾ ਨਹੀਂ, ਕਿਉਂਕਿ ਇਹਦੇ ਬਾਰੇ ਚਰਚਾਵਾਂ ਹੁੰਦੀਆਂ ਰਹਿੰਦੀਆਂ, ਕਦੇ ਇਨਵੈਸਟ ਪੰਜਾਬ ਦੇ ਨਾਂ ਤੇ, ਕਦੇ ਪ੍ਰੋਗਰੈਸਿਵ ਪੰਜਾਬ ਦੇ ਨਾਂ ਤੇ। ਤੇ ਅੱਜ ਇੱਕ ਨਵਾਂ ਨਾਮ ਮਿਲਿਆ ਪੰਜਾਬ ਦੇ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਨੂੰ, ਉਹ ਹੈਗਾ ਪੰਜਾਬ ਔਨ ਵੀਲਸ, ਯਾਨੀ ਪੰਜਾਬ ਟੈਰਾਂ ਤੇ। ਟੈਰਾਂ ਤੇ ਪੰਜਾਬ ਹੋ ਸਕਦਾ, ਪੰਜਾਬ ਨੂੰ ਟਾਇਰ ਲਾ ਕੇ ਕਿਸੇ ਇਹੋ ਜਿਹੀ ਥਾਂ ਤੇ ਲੈ ਜਾਣ ਜਿੱਥੇ ਪੂਰੀ ਤਰ੍ਹਾਂ ਸੇਫ ਹੋਵੇ, ਨਾ ਉੱਥੇ ਪਾਕਿਸਤਾਨ ਤੋਂ ਆਉਣ ਵਾਲੇ ਉਗਰਵਾਦੀਆਂ ਦਾ ਡਰ ਹੋਵੇ, ਨਾ ਪਾਕਿਸਤਾਨ ਤੋਂ ਆਉਣ ਵਾਲੇ ਚਿੱਟੇ ਦਾ ਡਰ ਹੋਵੇ, ਨਾ ਕਿਸੇ ਹੋਰ ਨਸ਼ੇ ਦਾ ਡਰ ਹੋਵੇ। ਤੇ ਹੋ ਸਕਦਾ ਇਹਨੂੰ ਚੱਕ ਕੇ ਦਿੱਲੀ ਦੇ ਨੇੜੇ ਲੈ ਜਾਣ, ਵੀ ਦਿੱਲੀ ਤੋਂ ਆਉਣਾ ਜਾਣਾ ਸੌਖਾ ਹੋ ਜਾਏ, ਕਿਉਂਕਿ ਹਰ ਤੀਜੇ ਦਿਨ ਦਿੱਲੀ ਜਾਣਾ ਹੀ ਪੈਂਦਾ। ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਉੱਥੇ ਹੈ, ਤੇ ਦੋਨਾਂ ਦੇ ਆਪਸ ਵਿੱਚ ਸਲਾਹ ਮਸ਼ਵਰੇ ਹੁੰਦੇ ਰਹਿੰਦੇ ਹੈਗੇ ਆ, ਦੋਨਾਂ ਨੇ ਇੱਕ ਦੂਜੇ ਨੂੰ ਰੋਜ਼ ਵਾਂਗੂ ਮਿਲਣਾ ਹੀ ਹੁੰਦਾ। ਤੇ ਪੰਜਾਬ ਔਨ ਵੀਲਸ ਅਸਲ 'ਚ ਹੈ ਕੀ ਹੈ, ਇਹਦੇ ਬਾਰੇ ਆਪਾਂ ਐਗਜ਼ੈਕਟ ਜਾਣਕਾਰੀ ਲੈਂਦੇ ਹਾਂ ਭਾਜੀ ਤੋਂ, ਤੇ ਬੁਲਾਈਏ ਭਾਜੀ ਨੂੰ। ਭਾਜੀ, ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹੋਰ ਕਿਵੇਂ ਹੋ ਜੀ? ਵਧੀਆ ਠੀਕ ਹੈ ਭਾਜੀ। ਅੱਜ ਇੱਕ ਨਵਾਂ ਵਰਡ ਸੁਣਨ ਨੂੰ ਮਿਲਿਆ, ਪਹਿਲਾਂ ਸੁਣਦੇ ਹੁੰਦੇ ਸੀ ਇਨਵੈਸਟ ਪੰਜਾਬ, ਪ੍ਰੋਗਰੈਸਿਵ ਪੰਜਾਬ, ਅੱਜ ਇੱਕ ਨਵਾਂ ਵਰਡ ਜਿਹੜਾ ਮਾਨ ਸਾਹਿਬ ਨੇ ਅਨਾਊਂਸ ਕੀਤਾ, ਪੰਜਾਬ ਔਨ ਵੀਲਸ, ਟੈਰਾਂ ਤੇ ਪੰਜਾਬ। ਕਿਵੇਂ, ਪੰਜਾਬ ਨੂੰ ਰੋੜਨ ਦੀ ਤਿਆਰੀ? ਰੇਲਵੇ ਦੀ ਇੱਕ ਸਕੀਮ ਹੈ ਕਿ 3% ਤੇ ਉਹ ਤੁਹਾਨੂੰ ਲੋਨ ਫਾਈਨੈਂਸ ਕਰ ਦੇਣਗੇ। 350 ਕਰੋੜ ਦੀ ਇੱਕ ਟ੍ਰੇਨ, ਫੁੱਲ ਟ੍ਰੇਨ ਜਿਹਨੂੰ ਕਹਿੰਦੇ ਆ, ਗੁੱਡਸ ਟ੍ਰੇਨ ਜਿਹੜੀ ਹੈ ਉਹ ਆਉਂਦੀ ਹੈ। ਤੁਸੀਂ ਸਾਰੇ ਮਿਲ ਕੇ ਗੱਲ ਕਰੀਏ, ਆਪਾਂ ਬਹਿ ਕੇ, ਆਪਾਂ 3 ਟ੍ਰੇਨਾਂ ਲੈਂਦੇ ਹਾਂ ਜਿਹਦਾ ਨਾਮ ਹੋਊਗਾ ਪੰਜਾਬ ਔਨ ਵੀਲਸ। ਤੁਸੀਂ, ਤੁਹਾਡੇ ਆਪਣੇ ਰੈਕ ਹੋਣਗੇ ਉਹਦੇ 'ਚ, ਹੁਸ਼ਿਆਰਪੁਰੋਂ ਚੱਕ ਕੇ ਲਿਆ ਕਰਾਂਗੇ ਜੀ ਟਰੈਕਟਰ, ਜੇ ਕਹੋ ਤਾਂ ਅੰਦਰ ਫੈਕਟਰੀ 'ਚੋਂ ਵੀ ਚੱਕ ਲਿਆ ਕਰਾਂਗੇ। ਠੀਕ ਹੈ ਨਾ? ਅਸਲ 'ਚ ਕੀ ਹੈ, ਪੰਜਾਬ ਨੂੰ ਰੋੜਨ ਦੀ ਤਿਆਰੀ ਹੈ ਜਾਂ ਪੰਜਾਬ ਨੂੰ ਰੁੜਨ ਦੀ ਤਿਆਰੀ? ਦੇਖੋ ਜੀ, ਪੰਜਾਬ ਨੂੰ ਰੋੜਨਾ ਤਾਂ ਪਊਗਾ। ਅੱਛਾ, ਬਾਕੀ ਜਿਹੜੇ ਵਰਡ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਮਾਨ ਸਾਹਿਬ ਨੇ ਦਿੱਤਾ, ਮਾਨ ਸਾਹਿਬ ਨੇ ਦਿੱਤਾ, ਇਹ ਮਾਨ ਸਾਹਿਬ ਨੇ ਦਿੱਤਾ। ਅੱਜ ਤੋਂ 2 ਦਿਨ ਪਹਿਲਾਂ ਇੱਕ ਇੱਕ ਮੀਟਿੰਗ ਹੋਈ ਸੀ ਜਿੱਥੇ ਸਾਰੇ ਇਨਵੈਸਟਰਸ ਨੂੰ ਬੁਲਾਇਆ ਗਿਆ ਸੀ। ਠੀਕ ਹੈ, ਉਹਦੇ ਵਿੱਚ ਇਹ ਡਿਸਕਸ਼ਨ ਹੋਈ ਸੀ, ਇਹ ਵਰਡ ਉੱਥੋਂ ਆਇਆ, ਪੰਜਾਬ ਔਨ ਵੀਲਸ। ਹਾਂਜੀ, ਐਕਚੁਅਲ ਦੇ ਵਿੱਚ ਕੀ ਹੈ ਕਿ ਇੱਕ ਨਾ ਸਰਕਾਰ ਦਾ, ਜਿਹੜੀ ਸੈਂਟਰਲ ਗਵਰਨਮੈਂਟ ਹੈ, ਰੇਲਵੇ ਮਿਨਿਸਟਰੀ ਜਿਹੜੀ ਹੈ, ਉਹਨਾਂ ਦਾ ਇੱਕ ਸਿਸਟਮ ਹੈ, ਉਹਦੇ ਵਿੱਚ ਤੁਸੀਂ ਟ੍ਰੇਨ ਖਰੀਦ ਸਕਦੇ। ਅੱਛਾ, 350 ਕਰੋੜ ਰੁਪਏ ਦੀ ਇੱਕ ਟ੍ਰੇਨ ਹੁੰਦੀ ਹੈ, ਤੂੰ ਇੱਕ ਰਾਜ 3 ਟ੍ਰੇਨਾਂ ਖਰੀਦ ਸਕਦੇ। ਠੀਕ ਹੈ, ਉਹ 3 ਟ੍ਰੇਨਾਂ ਖਰੀਦਣ ਦੀ ਤਿਆਰੀ ਹੋ ਗਈ ਹੈ ਕਿ ਉਹ 3 ਜਿਹੜੀ ਟ੍ਰੇਨਾਂ ਖਰੀਦਾਂਗੇ ਉਹਦਾ ਨਾਮ, ਉਸ ਪ੍ਰੋਜੈਕਟ ਦਾ ਨਾਮ ਪੰਜਾਬ ਔਨ ਵੀਲਸ ਰੱਖਿਆ ਗਿਆ। ਅੱਛਾ, ਉਹ ਪ੍ਰੋਜੈਕਟ ਹੈ ਇੱਕ, ਹਾਂ ਉਹ ਪ੍ਰੋਜੈਕਟ। ਠੀਕ ਹੈ, ਐਕਚੁਅਲ ਦੇ ਵਿੱਚ ਕੀ ਹੈ ਕਿ ਆਪਣਾ ਜਿਹੜਾ ਪੰਜਾਬ ਹੈ ਨਾ, ਜੇ ਸਮਝਣ ਦੀ ਲੋੜ ਹੈ ਕਿ ਅਸੀਂ ਇੰਪੋਰਟ ਐਕਸਪੋਰਟ ਸਾਡੇ ਇੱਥੋਂ ਹੁੰਦਾ ਹੈ, ਲੇਕਿਨ ਬਹੁਤ ਘੱਟ ਹੁੰਦਾ ਹੈ, ਕਿਉਂਕਿ ਉਹਦੀ ਕੁਛ ਅਗਰ ਆਪਾਂ ਕਹੀਏ ਰਿਸਟ੍ਰਿਕਸ਼ਨਸ ਨੇ। ਕੀ ਰਿਸਟ੍ਰਿਕਸ਼ਨਸ ਕੀ ਨੇ? ਉਹ ਰਿਸਟ੍ਰਿਕਸ਼ਨਸ ਇਹ ਨੇ ਜੀ ਕਿ ਜਿਹੜਾ ਪੰਜਾਬ ਹੈ ਉਹਦੇ ਕਿਸੇ ਪਾਸੇ ਵੀ ਪੋਰਟ ਨਹੀਂ ਲੱਗਦਾ, ਕੋਈ ਪੋਰਟ ਨਹੀਂ ਹੈ। ਜ਼ਿਆਦਾਤਰ ਜਿਹੜਾ ਐਕਸਪੋਰਟ ਹੁੰਦਾ ਨਾ ਜੀ, ਮੈਂ ਕਹਾਂ 95 to 98% ਜਿਹੜਾ ਐਕਸਪੋਰਟ ਹੈ ਉਹ ਅਸਲ 'ਚ ਥਰੂ ਸ਼ਿਪਸ ਹੁੰਦਾ ਹੈ, ਸੀ ਰੂਟ ਦੇ ਥਰੂ ਹੁੰਦਾ ਹੈ, ਪਾਣੀ ਦੇ ਵਿੱਚੋਂ ਦੀ, ਪਾਣੀ ਦੇ ਜਿਹੜੇ ਜਹਾਜ਼ ਉਹਦੇ ਵਿੱਚੋਂ ਐਕਸਪੋਰਟ, ਕਿਉਂਕਿ ਪੰਜਾਬ ਨੂੰ ਕੋਈ ਦਰਿਆ ਨਹੀਂ ਲੱਗਦਾ ਨੈਚੁਰਲੀ, ਤੇ ਬੰਦਰਗਾਹ ਕੋਈ ਨਹੀਂ। ਹਾਂ, ਬੰਦਰਗਾਹ ਕੋਈ ਨਹੀਂ ਹੈ, ਪੋਰਟ ਨਹੀਂ ਹੈ, ਬੰਦਰਗਾਹ ਪੋਰਟ ਨਹੀਂ ਹੈ, ਔਰ ਡਰਾਈ ਪੋਰਟ ਵੀ ਆਪਣੇ ਕੋਲ ਨਹੀਂ ਹੈ। ਡਰਾਈ ਪੋਰਟ ਵੀ ਅਗਰ ਆਪ ਦੇਖਿਆ ਜਾਵੇ, ਅਗਰ ਸਹੀ ਤਰੀਕੇ ਨਾਲ, ਤਾਂ ਤੁਗਲਕਾਬਾਦ ਦਿੱਲੀ ਦੇ ਵਿੱਚ। ਹੁਣ ਟ੍ਰੇਨ ਨਾਲ ਕੀ ਹੋਏਗਾ ਜੀ ਕਿ ਜਿਹੜੀ ਟਰਾਂਸਪੋਰਟੇਸ਼ਨ ਹੈ, ਅਗਰ ਟ੍ਰੇਨ ਲੈ ਲਿੱਤੀ ਜਾਵੇ ਤਾਂ ਟਰਾਂਸਪੋਰਟੇਸ਼ਨ ਸਸਤੀ ਹੋ ਜਾਂਦੀ ਹੈ, ਟ੍ਰੇਨ ਨਾਲ ਟਰਾਂਸਪੋਰਟੇਸ਼ਨ ਸਸਤੀ ਹੈ। ਹੁਣ ਅਗਰ ਉਹ 3 ਟ੍ਰੇਨਾਂ ਲੈ ਲਿੱਤੀਆਂ ਜਾਣ ਤਾਂ ਤੁਸੀਂ ਇੱਕ ਚੀਜ਼ ਦੇਖੋ, ਅਗਰ ਉਹ ਟ੍ਰੇਨ ਅਗਰ ਟ੍ਰੇਨ ਲਗਾ ਦੀ ਜਾਵੇ ਜਿਹਦੇ ਵਿੱਚ ਮੰਨ ਲਓ 100 ਕੇ ਡੱਬਾ, ਐਗਜ਼ਾਮਪਲ ਲੈ ਲਈਏ, 100 ਡੱਬਾ, 100 ਬੋਗੀਆਂ ਮਾਲ ਗੱਡੀ ਹੋਏਗੀ, ਉਹ ਹਰੇਕ ਫੈਕਟਰੀ ਨੂੰ, ਜਿੰਨੀਆਂ ਵੀ ਫੈਕਟਰੀ ਹੋਣਗੀਆਂ, ਸਾਰਿਆਂ ਨੂੰ ਜਿਨ੍ਹਾਂ ਨੇ ਐਕਸਪੋਰਟ ਕਰਨਾ, ਉਹਨਾਂ ਸਾਰਿਆਂ ਨੂੰ ਕਹਿ ਦਿੱਤਾ ਹੋ ਜਾਊਗਾ ਕਿ ਜੀ ਤੁਸੀਂ ਆਪਦਾ ਮਾਲ ਲੱਦ ਸਕਦੇ ਹੋ, ਹਰੇਕ ਕਿਸੇ ਨੂੰ ਇੱਕ ਇੱਕ ਦੋ ਦੋ ਬੋਗੀਆਂ ਵੰਡ ਦਿੱਤੀਆਂ ਜਾਣਗੀਆਂ, ਕਿਉਂਕਿ ਦੋ ਕਿਸੇ ਨੂੰ 4, ਜਿੰਨੀ ਜਿਹਦੀ ਲੋੜ ਹੈ। ਹਾਂ, ਇੰਪੋਰਟ ਤੇ ਐਕਸਪੋਰਟ ਦੋਨੇ ਹੀ ਹੋ ਜਾਊਗਾ, ਬਿਲਕੁਲ। ਸੋ ਉਹਦੇ ਵਿੱਚ ਕੀ ਹੋਊਗਾ, ਉਹਦੇ ਵਿੱਚ ਸਮਾਨ ਲੱਦ ਕੇ ਭੇਜਿਆ ਜਾ ਸਕਦਾ ਹੈ ਤੇ ਸਮਾਨ ਲੱਦ ਕੇ ਲਿਆਇਆ ਵੀ ਜਾ ਸਕਦਾ। ਠੀਕ ਹੈ, ਇਹਦੇ ਨਾਲ ਕਈ ਚੀਜ਼ਾਂ ਹੋਣਗੀਆਂ। ਇੱਕ ਹੋਊਗੀ ਕਿ ਜੀ ਪੋਲਿਊਸ਼ਨ ਵੀ ਘਟੂਗਾ, ਨੈਚੁਰਲੀ ਨੈਚੁਰਲੀ ਪੋਲਿਊਸ਼ਨ ਘਟੂਗਾ,
ਦੂਸਰਾ ਅੱਜ ਕੱਲ੍ਹ ਜਿਹੜੀ ਓਵਰਲੋਡ ਦੀ ਪ੍ਰੋਬਲਮ ਹੈ, ਠੀਕ ਹੈ, ਚਲਾਨ ਹੁੰਦੇ ਨੇ, ਟ੍ਰੈਫਿਕ ਵਧਿਆ ਪਿਆ, ਇਹ ਸਾਰੀਆਂ ਚੀਜ਼ਾਂ ਸੋਲਵ ਹੋਣੀਆਂ, ਕਿਉਂਕਿ ਹਰ ਜਗ੍ਹਾ ਜਿਹੜਾ ਹੈ ਰੇਲਵੇਜ਼ ਤਾਂ ਹਰ ਜਗ੍ਹਾ ਹੈ, ਲੇਕਿਨ ਹਰ ਜਗ੍ਹਾ ਹਾਈਵੇ ਨਹੀਂ, ਹਾਈਵੇ ਨਹੀਂ, ਬਿਲਕੁਲ ਠੀਕ ਹੈ, ਕੱਚੀਆਂ ਸੜਕਾਂ ਦੇ ਉੱਤੇ ਜਾਣਾ ਪੈਂਦਾ ਹੈ, ਟ੍ਰਾਂਸਪੋਰਟ ਦੀ ਪ੍ਰੋਬਲਮ ਹੈ, ਸਾਧਨ ਆਪਣੇ ਕੋਲ ਦੋ ਹੀ ਹੈ, ਜਾਂ ਤਾਂ ਸੜਕਾਂ ਤੇ ਜਾਂ ਫਿਰ ਰੇਲ ਗੱਡੀਆਂ। ਬਿਲਕੁਲ, ਹੁਣ ਜਿਹੜੀ ਸੜਕਾਂ ਉਹ ਬਹੁਤ ਮਹਿੰਗੀਆਂ ਪੈ ਰਹੀਆਂ ਨੇ, ਉਹ ਮਹਿੰਗੀਆਂ ਇਸ ਕਰਕੇ ਪੈ ਰਹੀਆਂ ਕਿਉਂਕਿ ਡੀਜ਼ਲ ਪੈਟਰੋਲ ਬਹੁਤ ਮਹਿੰਗਾ ਹੋ ਗਿਆ, ਕੁੱਟ ਵੀ ਛੇਤੀ ਜਾਂਦੇ, ਰਿਪੇਅਰ ਵੀ ਜ਼ਿਆਦਾ ਮੰਗਦੇ ਹੋ ਜੀ। ਉਹ ਜਦੋਂ ਦੇਖੋ ਰਿਪੇਅਰ ਤਾਂ ਇੱਕ ਅਲੱਗ ਚੀਜ਼ ਹੈ, ਲੇਕਿਨ ਮੇਨ ਜਿਹੜੀ ਟ੍ਰਾਂਸਪੋਰਟੇਸ਼ਨ ਕਾਸਟ ਹੈ ਉਹ ਇਸ ਕਰਕੇ ਵਧ ਹੈ ਕਿ ਤੇਲ ਬਹੁਤ ਮਹਿੰਗਾ ਹੋ ਤੇਲ ਗਿਆ। ਬਹੁਤ ਮਹਿੰਗਾ, ਅਗਰ ਦੇਖੋ ਜਿਹੜਾ ਮੋਡ ਆਫ ਟ੍ਰਾਂਸਪੋਰਟ ਰੇਲਵੇ ਮੋਡ ਆਫ ਟ੍ਰਾਂਸਪੋਰਟ ਹੈ ਨਾ, ਇਹ ਬਹੁਤ ਸਸਤਾ ਹੈ, ਸਵਦੇਸ਼ੀ ਹੈ, ਸਾਰਾ ਕੁਝ ਦੇਸ਼ 'ਚ ਬਣਦਾ, ਇਲੈਕਟ੍ਰਿਸਿਟੀ ਵੀ ਬਿਲਕੁਲ ਦੇਸ਼ 'ਚ ਬਣਦੀ ਹੈ, ਇਲੈਕਟ੍ਰਿਸਿਟੀ ਨਾਲ ਉਹ ਚੱਲਦਾ ਹੈ, ਸਸਤਾ ਹੈ। ਦੂਸਰਾ ਉਹਦੇ ਵਿੱਚ ਲੀਕੇਜ ਬਹੁਤ ਘੱਟ, ਫਿਰ ਜਿਹੜੀ ਐਕਸੀਡੈਂਟਸ ਹੁੰਦੇ ਨੇ ਉਹਦੇ ਵੀ ਚਾਂਸਸ ਬਹੁਤ ਘੱਟ ਹੈ, ਰੋਡ ਸਾਈਡ ਐਕਸੀਡੈਂਟਸ ਬਹੁਤ ਘੱਟ ਜਾਣਗੇ। ਨੈਟਵਰਕ ਹਰ ਕਿਤੇ, ਹਰ ਕਿਤੇ ਸਟੇਸ਼ਨ ਹੈ, ਹਰ ਕਿਤੇ ਜ਼ਿਆਦਾਤਰ ਹਰ ਕਿਤੇ ਟ੍ਰੇਨ ਪਹੁੰਚਦੀ ਹੈ, ਬਾਕੀ ਜਿੱਥੇ ਫੈਕਟਰੀ ਹੈ ਉਹਨਾਂ ਨੂੰ ਇੱਕ ਰੇਲਵੇ ਲਾਈਨ ਲਾ ਕੇ ਦੇ ਦਿੱਤੀ ਹੈ। ਬਿਲਕੁਲ, ਹਾਂ, ਫੈਕਟਰੀ ਦੇ ਅੰਦਰ ਰੇਲਵੇ ਲਾਈਨ ਦੇ ਲਾ ਦੀ ਜਾਊਗੀ, ਔਰ ਜਿਹੜਾ ਕੋਰੀਡੋਰ ਉਹ ਬਣਾਇਆ ਹੀ ਉਸ ਤਰ੍ਹਾਂ ਜਾਊਗਾ, ਬਿਲਕੁਲ ਫੈਕਟਰੀਜ਼ ਉੱਥੇ ਲਾਈਆਂ ਜਾਣਗੀਆਂ, ਅਪਰੋਚੇਬਲ ਹੋ ਜਾਈ। ਬਿਲਕੁਲ, ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਹੈ, ਅਗਰ ਤੁਸੀਂ ਉਹ ਕਨਕਲੇਵ ਸੁਣੀ ਹੋਵੇ ਉਹਦੇ ਵਿੱਚ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਟਾਟਾ ਨੇ, ਜਿਹੜੀ ਟਾਟਾ ਹੈ, ਟਾਟਾ ਨੇ ਇੰਡੀਆ ਦੇ ਵਿੱਚੋਂ, ਇੰਡੀਆ ਦਾ ਦੂਸਰੇ ਨੰਬਰ ਦਾ ਸਾਰਿਆਂ ਨਾਲੋਂ ਵੱਡਾ ਸਟੀਲ ਪਲਾਂਟ, ਅਰਾਊਂਡ 2600 ਕਰੋੜ ਦੇ ਦੀ ਇੱਕ ਇਨਵੈਸਟਮੈਂਟ ਕਰਨ ਦੀ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਅਸੀਂ, ਲੁਧਿਆਣਾ ਦੇ ਨੇੜੇ, ਪੰਜਾਬ ਦੇ ਵਿੱਚ ਅਸੀਂ ਸਟੀਲ ਪਲਾਂਟ ਲਗਾਵਾਂਗੇ, ਜਿਹੜਾ ਇੰਡੀਆ ਦਾ ਦੂਜੇ ਨੰਬਰ ਦਾ ਸਟੀਲ ਪਲਾਂਟ ਹੋਊਗਾ, ਔਰ ਸ਼ਾਇਦ ਨਾਰਥ ਇੰਡੀਆ ਦਾ ਪਹਿਲਾ ਐਡਾ ਵੱਡਾ। ਬਹੁਤ ਵੱਡੀ ਗੱਲ ਹੈ ਜੀ, ਬਹੁਤ ਵੱਡੀ ਗੱਲ ਹੈ ਵਾਸਤੇ ਤੇ ਨਾਰਥ ਸਟੇਟ ਵਾਸਤੇ। ਬਿਲਕੁਲ, ਹੈਨਾ, ਦੇਖੋ ਹੁਣ ਇੱਕ ਚੀਜ਼ ਦੇਖੋ, ਇਹਦੇ ਵਿੱਚ ਕੀ ਹੈ ਕਿ ਜਦੋਂ ਉਹ ਸਟੀਲ ਪਲਾਂਟ ਲੱਗੇਗਾ, ਉਹਦੇ ਵਾਸਤੇ ਮਾਲ ਲਿਆਉਣ ਵਾਸਤੇ, ਲਿਜਾਣ ਵਾਸਤੇ ਵੀ ਕੋਈ ਚੀਜ਼ ਚਾਹੀਦੀ ਹੈ ਨੈਚੁਰਲੀ। ਬਿਲਕੁਲ, ਉਹ ਟ੍ਰੇਨ ਦੇ ਥਰੂ ਜਾਊਗਾ, ਉਹਨਾਂ ਨੂੰ ਸਸਤਾ ਪਊਗਾ ਤਾਂ ਉਹ ਲੈ ਕੇ ਆਣਗੇ, ਅਗਰ ਸਸਤਾ ਨਹੀਂ ਪਊਗਾ ਉਹ ਕਿਉਂ ਲੈ ਕੇ ਆਣਗੇ। ਇਹ ਚੀਜ਼ਾਂ ਦੇਣੀਆਂ ਪੈਣੀਆਂ ਪੰਜਾਬ ਨੂੰ, ਜਿਹੜੇ ਇਨਵੈਸਟਰਸ ਹੈ, ਜਿਹੜੇ ਫੈਕਟਰੀ ਲਾਉਣਗੇ, ਇੰਡਸਟਰੀਜ਼ ਦਾ, ਉਹਨਾਂ ਨੂੰ ਇਹ ਚੀਜ਼ਾਂ ਦੇਣੀਆਂ ਪੈਣੀਆਂ, ਪ੍ਰੋਵਾਈਡ ਕਰਨਾ ਪੈਣੀਆਂ, ਬਿਲਕੁਲ, ਤੇ ਫਿਰ ਹੀ ਉਹ ਜਾ ਕੇ ਪੰਜਾਬ 'ਚ ਇਨਵੈਸਟ ਕਰਨਗੇ। ਬਿਲਕੁਲ, ਹੁਣ ਇਹ ਕੱਲਾ ਸਿਰਫ ਇੰਡਸਟਰੀਲਿਸਟ ਨੂੰ ਫਾਇਦਾ ਨਹੀਂ ਹੋਏਗਾ ਜੀ, ਕੱਲਾ ਅਗਰ ਆਪਾਂ ਕਹੀਏ ਵੱਡੀਆਂ ਇੰਡਸਟਰੀਜ਼ ਨੂੰ ਫਾਇਦਾ ਹੋਊਗਾ, ਕੱਲਾ ਉਹਨਾਂ ਨੂੰ ਫਾਇਦਾ ਨਹੀਂ ਹੋਊਗਾ, ਕਿਉਂਕਿ ਇਹ ਵੀ ਸਵਾਲ ਮੇਰੇ ਤੋਂ ਵੀ ਕੱਲ ਕਿਸੇ ਨੇ ਪੁੱਛਿਆ ਕਿ ਜੀ ਇਹ ਤਾਂ ਫਿਰ ਵੱਡੀਆਂ ਇੰਡਸਟਰੀਆਂ ਵਾਸਤੇ ਕਰ ਰਹੇ ਆ। ਨਹੀਂ, ਇਹ ਕੱਲਾ ਦੇਖੋ ਕਰਤਾ ਰਹੇ ਆ, ਲੇਕਿਨ ਵੱਡੀ ਇੰਡਸਟਰੀ ਨੂੰ ਕੱਲੇ ਨੂੰ ਫਰਕ ਨਹੀਂ ਪਊਗਾ, ਇਹ ਆਮ ਲੋਕਾਂ ਨੂੰ ਇਸ ਦਾ ਬਹੁਤ ਫਰਕ ਪਊਗਾ। ਕਿਉਂ? ਕਿਉਂਕਿ ਤੁਸੀਂ ਆਮ ਲੋਕ ਵੀ ਆਪਦਾ ਮਾਲ ਬੁੱਕ ਕਰਾ ਸਕਣਗੇ ਰੇਲਵੇ ਦੇ। ਅੱਛਾ, ਉਹਦੇ ਵਿੱਚ ਆਮ ਲੋਕ ਵੀ ਕਰਾ ਸਕਦੇ? ਆਮ ਲੋਕ ਵੀ ਕਰਾ ਸਕਣਗੇ। ਠੀਕ ਹੈ, ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਬਾਕੀ ਟ੍ਰੇਨ ਜਾਂਦੀਆਂ ਉਹਦੇ ਵਿੱਚ ਅਗਰ ਜਗ੍ਹਾ ਨਹੀਂ ਹੁੰਦੀ ਤੇ ਉਹ ਅਗਰ ਵੱਡੀ ਇੰਡਸਟਰੀ ਜਿਹੜੀ ਉਹਦੇ ਤੋਂ ਭੇਜ ਦਿਓ, ਉਹਨਾਂ ਮਤਲਬ ਇਸ ਟ੍ਰੇਨ 'ਚ ਭੇਜੂਗੀ ਤਾਂ ਉਧਰਲੀ ਟ੍ਰੇਨ ਖਾਲੀ ਹੋ ਜਾਣਗੀਆਂ, ਉੱਥੇ ਜਗ੍ਹਾ ਮਿਲ ਜੂਗੀ। ਜਾਂ ਇਹਦੇ ਵਿੱਚ ਵੀ ਅਲੱਗ ਅਲੱਗ ਬੋਗੀਆਂ, ਇਹਦੇ ਵਿੱਚ ਇਹੋ ਜਿਹੀ ਪ੍ਰੋਬਲਮ ਨਹੀਂ ਹੈ, ਅਲੱਗ ਅਲੱਗ ਬੋਗੀ ਹਰੇਕ ਬੰਦਾ ਅਲੱਗ ਅਲੱਗ ਲੈ ਸਕਦਾ ਹੈ, ਇਹਦੇ ਵਿੱਚ ਵੀ ਆਮ ਬੰਦਾ, ਯਾਨੀ ਕਿ ਜਿਹੜੀ ਲੁਧਿਆਣਾ ਦੀ ਇੰਡਸਟਰੀ ਹੈ, ਜਿਵੇਂ ਲੁਧਿਆਣਾ ਦੇ ਵਿੱਚ ਕੱਲੀ ਸਟੀਲ ਇੰਡਸਟਰੀ ਦੀ ਗੱਲ ਨਹੀਂ ਕਰ ਰਿਹਾ ਮੈਂ, ਲੁਧਿਆਣਾ ਦੇ ਕੱਪੜਿਆਂ ਦੀ, ਹੌਜ਼ਰੀ, ਸਾਡੇ ਸਪੋਰਟਸ ਦਾ ਸਮਾਨ ਜਿਹੜਾ ਕਿਸੇ ਟਾਈਮ ਤੇ ਬੰਦਾ ਹੁੰਦਾ ਸੀ, ਬਹੁਤ ਵਧੀਆ ਨੰਬਰ 1 ਹੁੰਦਾ ਸੀ, ਹੀਰੋ ਸਾਈਕਲ, ਹਾਂ, ਹੋਰ ਮਤਲਬ ਐਨੀ ਇੰਡਸਟਰੀ ਸਾਡੇ ਇੱਥੇ ਹੁੰਦੀ ਸੀ ਕਿ ਜਿਹੜੀ ਰਿਵਾਈਵ ਕਰਨ ਦੀ ਲੋੜ ਹੈ, ਉਹ ਇਹਦੇ ਨਾਲ ਬਹੁਤ ਜਲਦ ਰਿਵਾਈਵ ਹੋ ਜਾਊਗੀ, ਕਿਉਂਕਿ ਜਿੰਨਾ ਮਾਲ ਸਸਤਾ ਪਊਗਾ, ਆਪਣਾ ਕੰਪੀਟੀਸ਼ਨ ਚਾਈਨਾ ਨਾਲ ਹੈ, ਆਪਾਂ ਚਾਈਨਾ ਨਾਲ ਕੰਪੀਟ ਕਰਨਾ ਰੇਟ ਦੇ ਵਿੱਚ, ਉਹ ਰੇਟ ਦੇ ਵਿੱਚ ਕੰਪੀਟੀਸ਼ਨ ਲਿਆਉਣ ਵਾਸਤੇ ਆਪਾਂ ਨੂੰ ਖਰਚੇ ਘੱਟ ਕਰਨੇ ਪੈਣਗੇ, ਟ੍ਰਾਂਸਪੋਰਟੇਸ਼ਨ ਉਹਦਾ ਸਾਰਾ ਨਾਲੋਂ ਵੱਡਾ ਖਰਚਾ ਹੈ, ਸਸਤੀ ਜਿਹੜੀ ਟ੍ਰਾਂਸਪੋਰਟੇਸ਼ਨ। ਬਿਲਕੁਲ, ਹੁਣ ਇਹਦੇ ਵਿੱਚ ਇੱਕ ਹੋਰ ਵੀ ਚੀਜ਼ ਹੈ, ਮੈਂ ਵੀ ਇੱਕ ਵਾਰੀ ਇੱਕ ਪ੍ਰੋਜੈਕਟ ਬਣਾਇਆ ਸੀਗਾ, ਸਬਮਿਟ ਕਰਵਾਇਆ ਸੀਗਾ, ਮੈਨੂੰ ਨਹੀਂ ਪਤਾ ਉਹ ਪ੍ਰੋਜੈਕਟ ਮਾਨ ਸਾਹਿਬ ਨੇ ਪੜਿਆ ਜਾਂ ਕਿਸੇ ਨੇ ਪੜਿਆ, ਹੋ ਸਕਦਾ ਉਹ ਵੀ ਇੰਪਲੀਮੈਂਟ ਹੋ ਸਕਦਾ, ਅਗਰ ਕੋਈ MLA ਸਾਹਿਬ ਜਾਂ ਕੋਈ ਮੰਤਰੀ ਸਾਹਿਬ ਅਗਰ ਇਹ ਦੇਖ ਰਹੇ ਨੇ ਤਾਂ ਮੈਂ ਆਪਦਾ ਸੁਝਾਅ ਵੀ ਦੇਣਾ ਚਾਹੂੰਗਾ ਕਿ ਇਹਦੇ ਵਿੱਚ ਜਿਹੜਾ ਰੇਤਾ ਬਜਰੀ ਦੀ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਹੈ, ਜੇ ਤੁਸੀਂ 3 ਟ੍ਰੇਨਾਂ ਖਰੀਦ ਰਹੇ ਹੋ, ਇੱਕ ਟ੍ਰੇਨ ਰੇਤਾ ਬਜਰੀ ਵਾਸਤੇ ਲਾ ਦਿਓ, ਮਾਈਨਿੰਗ ਸਾਈਡ ਤੋਂ ਮਾਲ ਭਰ ਕੇ ਉਹ ਟ੍ਰੇਨ ਦੇ ਵਿੱਚ ਆਵੇ ਤਾਂ ਉਹਦੀ ਕੋਸਟ ਬਹੁਤ ਘੱਟ ਜਾਂਦੀ, ਕਿਉਂਕਿ ਮਾਈਨਿੰਗ ਤੋਂ ਜਿਹੜਾ ਮਾਲ ਮਿਲਦਾ ਉਹ 10 ਰੁਪਏ, 9 ਰੁਪਏ, 8 ਰੁਪਏ ਕੁਇੰਟਲ ਮਿਲਦਾ ਹੈ। ਬਿਲਕੁਲ, ਲੇਕਿਨ ਜਦੋਂ ਉਹ ਟ੍ਰਾਂਸਪੋਰਟੇਸ਼ਨ ਕੋਸਟ ਰਲ ਕੇ ਕੋਈ 40 ਰੁਪਏ, 50 ਰੁਪਏ, 60 ਰੁਪਏ, 90 ਰੁਪਏ, 100 ਰੁਪਏ ਦੇ ਹਿਸਾਬ ਨਾਲ ਹੋ ਜਾਂਦਾ ਹੈ, 3-3 ਹਜ਼ਾਰ ਦੀ, 4-4 ਹਜ਼ਾਰ ਦੀ ਟਰਾਲੀ ਹੋ ਜਾਂਦੀ ਹੈ, 10-10 ਹਜ਼ਾਰ ਦੀ ਟਰਾਲੀ ਹੋ ਜਾਂਦੀ ਹੈ, ਜਦਕਿ ਟਰਾਲੀ ਐਕਚੁਅਲ ਦੇ ਵਿੱਚ ਮਾਈਨਿੰਗ ਦੀ ਜਿਹੜੀ ਐਕਚੁਅਲ ਕੋਸਟ ਹੈ ਉਹਦੀ ਉਹ 1,000-1,500 ਰੁਪਏ। ਜੇ ਅਗਰ ਟ੍ਰੇਨ ਲਗਾ ਦੋਗੇ ਤਾਂ ਉਹ ਬਹੁਤ ਸਸਤਾ ਪੈ ਜੂਗਾ, ਕਿਉਂਕਿ ਟ੍ਰੇਨ ਦੀ ਜਿਹੜੀ ਟ੍ਰਾਂਸਪੋਰਟੇਸ਼ਨ ਕੋਸਟ ਹੈ ਉਹ ਘੱਟ ਜੂਗੀ, ਇੱਕ ਟ੍ਰਾਂਸਪੋਰਟੇਸ਼ਨ ਕੋਸਟ ਬਹੁਤ ਜ਼ਿਆਦਾ ਹੈ, ਅਗਰ ਟ੍ਰੇਨ ਦੇ ਥਰੂ ਇਹ ਸਾਰਾ ਕੁਝ ਆਉਣ ਲੱਗ ਜੂਗਾ ਤਾਂ ਟ੍ਰਾਂਸਪੋਰਟੇਸ਼ਨ ਕੋਸਟ ਬਹੁਤ ਘੱਟ ਜੂਗੀ, ਔਰ ਅਗਰ ਪੰਜਾਬ ਦੀ ਆਪਦੀ ਟ੍ਰੇਨ ਹੋਊਗੀ ਤਾਂ ਆਪਾਂ ਕਿਤੇ ਵੀ ਕਰ ਸਕਦੇ। ਐਕਚੁਅਲੀ ਰੇਟ ਵਧਾਉਣ ਦੇ ਵਿੱਚ ਜਿਹੜਾ ਮੇਨ ਰੋਲ ਆ ਉਹ ਟ੍ਰਾਂਸਪੋਰਟੇਸ਼ਨ ਦਾ ਹੀ ਹੈ। ਬਿਲਕੁਲ, ਟ੍ਰਾਂਸਪੋਰਟੇਸ਼ਨ ਦਾ ਤਾਂ ਹੈ ਹੀ ਜੀ, ਟ੍ਰਾਂਸਪੋਰਟੇਸ਼ਨ ਨੇ ਟਾਈਮ ਤੇ ਚੀਜ਼ ਲੈਣੀ, ਚੀਜ਼ ਖਰਾਬ ਨਾ ਹੋਵੇ, ਸਾਰਾ ਕੁਝ, ਉਹ ਸਾਰੀਆਂ ਚੀਜ਼ਾਂ ਇਹਦੇ
ਜਿਹੜਾ ਟਰਾਂਸਪੋਰਟ ਦਾ ਕਾਸਟ ਘੱਟ ਜੂਗੀ, ਬਿਲਕੁਲ ਆਮ ਬੰਦੇ ਵਾਸਤੇ ਵੀ ਜਿਹੜੀ ਕੋਈ ਚੀਜ਼ ਬੁੱਕ ਕਰਾਉਣੀ ਆ ਉਹਦਾ ਵੀ ਰੇਟ ਨੈਚੁਰਲੀ ਘੱਟ ਬਿਲਕੁਲ ਜਾਣਗੇ ਬਿਲਕੁਲ ਰੇਟ ਤਾਂ ਸੌਖਾ ਘੱਟ ਹੈ, ਪਰ ਅੱਜ ਦੀ ਰੇਟ ਦੇ ਵਿੱਚ ਕੋਈ ਕਰਾਉਂਦਾ ਨਹੀਂ ਆ, ਪਤਾ ਨਹੀਂ ਹੈ, ਲੇਕਿਨ ਹੁਣ ਜਦੋਂ ਅਗਰ ਅਗਰ ਟ੍ਰੇਨਸ ਆਪਦੀਆਂ ਆ ਜਾਣਗੀਆਂ ਤਾਂ ਬਹੁਤ ਫਰਕ ਪਊਗਾ, ਇੱਕ ਡੈਡੀਕੇਟਿਡ ਪੰਜਾਬ ਵਾਸਤੇ ਟ੍ਰੇਨ ਹੋਊਗੀ। ਇਕੱਲੇ ਪੰਜਾਬ ਪੰਜਾਬ ਦੇ ਵਿੱਚ ਹੀ ਉਹ ਕਰਨਗੇ ਜਾਂ ਮਤਲਬ ਬਾਹਰ ਵੀ ਟ੍ਰੇਨ ਉਸ ਵਕਤ ਟ੍ਰੇਨ ਦੇਖੋ ਚੱਲੇਗਾ? ਪੰਜਾਬ ਦੇ ਵਿੱਚੋਂ ਲੋਡ ਹੋ ਕੇ ਬਾਹਰ ਜਾਏਗੀ, ਔਰ ਬਾਹਰੋਂ ਜਿਹੜਾ ਮਾਲ ਚਾਹੀਦਾ ਉਹ ਲੋਡ ਹੋ ਕੇ ਵਾਪਸ ਪੰਜਾਬ 'ਚ ਲਿਆਊਗੀ ਜਿਹੜੀ ਪੰਜਾਬ ਵਾਲਿਆਂ ਨੇ ਬੁੱਕ ਕਰਾਇਆ। ਜਿਵੇਂ ਤੁਸੀਂ ਕਹਿ ਰਹੇ ਹੋ ਵੀ ਰੇਤੇ ਬਜਰੀ ਵਾਸਤੇ ਲਾ ਦੇਣ, ਫਿਰ ਉਹ ਰੇਤੇ ਬਜਰੀ ਵਾਸਤੇ ਤਾਂ ਪੰਜਾਬ ਦੇ ਵਿੱਚ ਵਿੱਚ ਹੋ ਗਿਆ, ਹੈ ਨਾ, ਅਗਰ ਮੰਨ ਲਓ ਬੰਬੇ ਤੋਂ ਕੋਈ ਕੱਚਾ ਮਾਲ ਆਣਾ ਹੈ, ਮੰਨ ਲਓ ਕੋਈ ਦੇਸ਼ ਦੇ ਕਿਸੇ ਉਹ ਵੀ ਤਾਂ ਕੋਨੇ ਤੋਂ ਫਿਰ ਕੋਈ ਕੱਚਾ ਮਾਲ ਆਣਾ ਹੈ, ਕੋਲ ਆਣਾ ਹੈ, ਮੰਨ ਲਓ ਉਹ ਤਾਂ ਫਿਰ ਕੋਲ ਆ ਰਿਹਾ, ਰੇਲਵੇ ਨਾਲ ਕੰਟਰੈਕਟ ਹੋ ਗਿਆ ਉਹਨਾਂ ਨੇ, ਬਿਲਕੁਲ ਜਿੱਥੇ ਬਿਲਕੁਲ। ਉਹਨਾਂ ਦਾ ਟਾਈਅਪ ਹੈਗਾ ਹਾਂ ਸਾਰੇ ਸੋ ਉੱਥੇ ਅਗਰ ਕੋਲ ਵੀ ਆਣਾ ਹੈ, ਅਗਰ ਕੁਝ ਵੀ ਆਣਾ ਉਹ ਸਾਰਾ ਕੁਝ ਮਿਲੂਗਾ, 350 ਕਰੋੜ ਰੁਪਏ ਦੀ ਇੱਕ ਟ੍ਰੇਨ ਹੈ, 3 ਟ੍ਰੇਨ ਲੈ ਲਾਂਗੇ। ਔਰ ਮੇਨ ਗੱਲ ਇਹ ਹੈ ਕਿ ਪੰਜਾਬ ਦੇਸ਼ ਦਾ ਪਹਿਲਾ ਇਹ ਜਿਹਾ ਰਾਜ ਹੋਊਗਾ ਜਿਹਦੇ ਕੋਲ ਆਪਦੀਆਂ ਟ੍ਰੇਨਾਂ ਹੋਣਗੀਆਂ। ਬਿਲਕੁਲ, ਇਸ ਗੱਲ ਲਈ ਮਾਨ ਸਾਹਿਬ ਵਧਾਈ ਦੇ ਪਾਤਰ ਹੈ। ਬਿਲਕੁਲ, ਇਹ ਬਹੁਤ ਅੱਛਾ ਆਈਡੀਆ ਹੈ, ਇਸ ਆਈਡੀਆ ਨਾਲ ਬਹੁਤ ਕੁਝ ਹੋਰ ਇੰਪਲੀਮੈਂਟ ਹੋਊਗਾ, ਬਹੁਤ ਵਧੀਆ ਚੀਜ਼ਾਂ ਬਣਨਗੀਆਂ। ਅੱਛਾ, ਇਹਦਾ ਮਤਲਬ ਇਹ ਚੱਕੇ ਦੂਜੇ ਨੇ, ਦੂਜੇ ਟਾਇਰ ਹੈ ਵੀ ਬਿਲਕੁਲ ਪੰਜਾਬ ਦੇ ਥੱਲੇ ਟਾਇਰ ਨਹੀਂ ਲਾਉਣੇ, ਉਹ ਗੱਡੀਆਂ ਜਿਹੜੀਆਂ ਚੱਲ ਰਹੀਆਂ ਹੈਗੀਆਂ ਪੰਜਾਬ ਦੇ, ਜਿਨ੍ਹਾਂ ਨੇ 3 ਗੱਡੀਆਂ ਲਿਆਉਣ ਦਾ ਜਿਹੜਾ ਫੈਸਲਾ ਕੀਤਾ, ਉਹਨੂੰ ਜਿਹੜਾ ਨਾਮ ਦਿੱਤਾ ਇਸ ਪ੍ਰੋਜੈਕਟ ਨੂੰ, ਪੰਜਾਬ ਔਨ ਵੀਲਸ। ਬਿਲਕੁਲ, ਇਹ ਪੰਜਾਬ ਔਨ ਵੀਲਸ ਹੋ ਹੈ, ਇਹ ਪੰਜਾਬ ਔਨ ਵੀਲਸ ਹੋ ਨਹੀਂ ਹੈ ਕਿ ਤੁਸੀਂ ਪੰਜਾਬ ਨੂੰ ਚੱਕ ਕੇ ਦਿੱਲੀ ਦੇ ਕੋਲ ਜਿਵੇਂ ਤੁਸੀਂ ਕਹਿ ਰਹੇ ਸੀ ਲੈ ਜਾਓ, ਉਹ ਗੱਲ ਨਹੀਂ ਹੈ। ਅਜੇ ਅਗਰ ਪੰਜਾਬ ਦਿੱਲੀ ਕੋਲ ਚਲਾ ਗਿਆ ਤਾਂ ਫਿਰ ਜਿਹੜੇ ਆਪਾਂ ਧਰਨੇ ਲਾਉਣ, ਜਿਹੜੇ ਹਰ ਚੌਥੇ ਦਿਨ ਜਾਂਦੇ, ਕਿਉਂਕਿ ਪੰਜਾਬ ਨਾਲ ਜਦੋਂ ਕੋਈ ਵੀ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਆਪਾਂ ਨੂੰ ਇੰਨੀ ਦੂਰ ਜਾਣਾ ਪੈਂਦਾ, ਵਿਚਾਰੋ ਹਰਿਆਣਾ ਆ ਜਾਂਦਾ, ਰੋਕ ਲੈਂਦੇ ਨੇ, ਤੇ ਅਗਰ ਉਹ ਹੋ ਜਾਏ ਤਾਂ ਫਿਰ ਤਾਂ ਆਪਾਂ ਦਿੱਲੀ ਦੇ ਨਾਲ ਹੀ ਬਹਿ ਜਾਾਂਗੇ, ਪਰ ਠੀਕ ਉਹ ਹੈ। ਹੋ ਨਹੀਂ ਸਕਦਾ। ਇੱਕ ਪਹਿਲਾਂ ਚੱਲਿਆ ਸੀਗਾ ਵੀ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ ਤੇ ਪਾਣੀ ਦੇ ਵਿੱਚ ਬੱਸਾਂ ਚੱਲਣਗੀਆਂ, ਤੇ ਉਹ ਬੱਸਾਂ ਦੀ ਥਾਂ ਤੇ ਘੜੂਕੇ ਜੇ ਚਲਾ ਕੇ ਉਹਨਾਂ ਨੇ ਤੇ ਕੰਮ ਉੱਥੇ ਠੱਪ ਕਰਤਾ, ਉਹ ਪਤਾ ਹੀ ਨਹੀਂ ਲੱਗਿਆ ਹੁਣ ਹੈਗੇ ਵੀ ਹੈ ਕਿ ਉਹ ਵੀ ਵੇਚਤੇ, ਕਿਤੇ ਐਵੇਂ ਤਾਂ ਨਹੀਂ ਹੋਊਗਾ ਪੰਜਾਬ ਔਨ ਵੀਲਸ? ਨਹੀਂ ਨਹੀਂ ਜੀ, ਪੰਜਾਬ ਔਨ ਵੀਲਸ ਕੁਝ ਹੋਰ ਚੀਜ਼ ਹੈ, ਇਹਦਾ ਟ੍ਰੇਨ ਖਰੀਦੀ ਹੈ। ਇਹ ਫੈਕਟ ਦੇ ਉੱਤੇ ਹੈ, ਇਹ ਐਕਚੁਅਲ ਦੇ ਵਿੱਚ ਇੱਕ ਆਪਸ਼ਨ ਹੈ ਜਿਹੜੀ ਸੈਂਟਰ ਗਵਰਨਮੈਂਟ ਨੇ ਦਿੱਤੀ ਹੈ। ਇਹ ਕੋਈ ਉਹ ਜੀ ਕੋਈ ਕੋਈ ਹਵਾ ਦੇ ਵਿੱਚ ਤੀਰ ਚਲਾਉਣ ਵਾਲੀ ਗੱਲ ਨਹੀਂ। ਵੈਸੇ ਇੱਕ ਗੱਲ ਕਹਾਂ, ਜਿਹੜੀ ਉਹ ਪਾਣੀ ਦੇ ਬੱਸਾਂ ਚਲਾਉਣ ਵਾਲੀ ਸਿਸਟਮ ਸੀਗਾ ਉਹ ਬਹੁਤ ਵਧੀਆ ਸੀਗਾ, ਲੇਕਿਨ ਉਹਨੂੰ ਇੰਪਲੀਮੈਂਟ ਕਿਵੇਂ ਕੀਤਾ ਗਿਆ, ਉਹਨੂੰ ਤਰੀਕੇ ਨਾਲ ਬਣਾਇਆ ਕਿਵੇਂ ਗਿਆ, ਹੋ ਸਕਦਾ ਹੈ ਕਿ ਜੀ ਉਹਨਾਂ ਨੇ ਜਿਹੜੀ ਬੱਸ ਦੇਖੀ ਸੀ, ਜਿਹੜੀ ਐਕਚੁਅਲ ਵਿੱਚ ਬਾਹਰ ਜਾ ਕੇ ਬੱਸ ਦੇਖ ਕੇ ਆਏ ਸੀ, ਉਹ ਬਹੁਤ ਵਧੀਆ ਬੱਸ ਸੀ, ਉਹ ਵੋਲਵੋ ਵਗੈਰਾ, ਜਿਵੇਂ ਵੋਲਵੋ ਤੇ ਪੀਆਰਟੀਸੀ ਦੀ ਬੱਸ, ਪੁਰਾਣੀਆਂ ਬੱਸਾਂ ਜਿਹੜੀ ਪੀਆਰਟੀਸੀ ਤੋਂ 10 ਸਾਲ ਅੱਛਾ ਪੁਰਾਣੀਆਂ ਚੱਲਦੀਆਂ ਬੱਸਾਂ, ਇੱਕ ਵੋਲਵੋ ਦੇ ਵਿੱਚ ਜੋ ਫਰਕ ਹੈ ਉਹੀ ਉਸ ਘੜੂਕਾ ਜਿਹੜੀ ਉਹ ਬੱਸ ਬਣ ਕੇ ਆਈ ਸੀ, ਤੇ ਉਹੀ ਬੱਸ ਜਿਹੜੀ ਉਹਨਾਂ ਨੇ ਦੇਖੀ ਹੋਊਗੀ ਬਾਹਰਲੇ ਦੇਸ਼ਾਂ 'ਚ ਚੱਲਦੀ ਹੋ, ਉਹਦੇ 'ਚ ਉਹ ਫਰਕ ਸੀਗਾ। ਆਰਡਰ ਦਿੱਤਾ, ਬਣ ਕੇ ਕੁਝ ਹੋਰ ਆਈ, ਕਿਹਨੇ ਬਣਵਾਈ, ਕਿ ਕੋਈ ਕੋਈ ਖਾਧੀ ਪੀਤੀ ਦੇ ਵਿੱਚ ਵਾਧੂ ਘਾਟਾ ਹੋ ਗਿਆ, ਜਾਂ ਜਿਹਨੇ ਆਰਡਰ ਦਿੱਤਾ ਦਿਖਾਇਆ ਕੁਝ ਹੋਰ, ਜਦੋਂ ਆਰਡਰ ਦਿੱਤਾ ਵਿੱਚੋਂ ਪੈਸੇ ਖਾਣੇ ਸੀ, ਸਾਰਾ ਕੁਝ ਕਰਨਾ ਸੀ ਤੇ ਉਹ ਬਣ ਕੇ ਕੁਝ ਹੋਰ ਆਇਆ, ਕਿਉਂਕਿ ਜਿਹੜਾ ਸਪਲਾਇਰ ਹੈ ਉਹਨੇ ਤਾਂ ਉਹਨਾਂ ਹੀ ਸਮਾਨ ਦੇਣਾ ਜਿਹਨੂੰ ਉਹਨੂੰ ਪੈਸੇ ਮਿਲੇ ਹੋਣ। ਨਹੀਂ ਨਹੀਂ ਤੁਹਾਡੀ ਵਾਲੀ ਗੱਲ ਬਿਲਕੁਲ ਸਹੀ ਹੈ, ਬਣ ਕੇ ਤਾਂ ਵੋਲਵੋ ਹੀ ਆ, ਪਰ ਉਹ ਪਾਣੀ 'ਚ ਨਹੀਂ ਚਲਾਈਆਂ, ਉਹ ਇਹਨਾਂ ਨੇ ਸੜਕਾਂ 'ਤੇ ਚਲਾਤੀ। ਉਹ ਇੱਕ ਕਨਸੈਪਟ ਬਹੁਤ ਵਧੀਆ ਸੀਗਾ, ਅਗਰ ਉਹ ਕਨਸੈਪਟ ਰਿਵਾਈਵ ਕੀਤਾ ਜਾਵੇ ਤਾਂ ਬਹੁਤ ਵਧੀਆ ਚੀਜ਼ ਹੈ, ਉਹ ਗਲਤ ਕਨਸੈਪਟ ਨਹੀਂ ਸੀਗਾ, ਲੇਕਿਨ ਉਹਦੇ ਵਾਸਤੇ ਉਹ ਕੁਆਲਿਟੀ ਮੇਨਟੇਨ ਕਰਨੀ ਪਊਗੀ, ਉਹਦੇ ਵਾਸਤੇ ਇੱਕ ਪ੍ਰੋਪਰ ਚੈਨਲ ਬਣਾਉਣਾ ਪਊਗਾ, ਪ੍ਰੋਪਰ ਸਿਸਟਮ ਬਣਾਉਣਾ ਪਊਗਾ, ਉਹਦੇ 'ਚ ਅਗਰ ਕਰਪਸ਼ਨ ਨਹੀਂ ਹੋਊਗੀ ਤਾਂ ਉਹ ਚੱਲ ਜਾਊਗਾ, ਅਗਰ ਕਰਪਸ਼ਨ ਹੋਊਗੀ, ਅਗਰ ਬੱਸਾਂ ਖਰੀਦਣ ਵਾਸਤੇ ਹੀ ਕਰਪਸ਼ਨ ਹੋਊਗੀ ਜਾਂ ਬੱਸਾਂ ਲਿਆਉਣ ਵਾਸਤੇ ਅਗਰ ਸਹੀ ਕੁਆਲਿਟੀ ਦੀ ਚੀਜ਼ ਨਹੀਂ ਲੈਂਦੀ ਜਾਊਗੀ ਤਾਂ ਦਿੱਕਤ ਆਊਗੀ। ਸਭ ਪਾਰ ਕੁਆਲਿਟੀ ਦੀ ਬੱਸਾਂ ਆਈਆਂ ਸੀਗੀਆਂ, ਉਹ ਜਿਹੜੀਆਂ ਉਹ ਬੱਸਾਂ ਆਈਆਂ ਸੀ ਪਾਣੀ ਦੇ ਚੱਲਣ ਵਾਲੀਆਂ, ਅਗਰ ਉਹੀ ਅਗਰ ਵਧੀਆ ਕੁਆਲਿਟੀ ਦੀ ਇੱਕ ਵਧੀਆ ਬੱਸ ਅਗਰ ਤਿਆਰ ਕਰਕੇ ਆਈ ਹੁੰਦੀ ਤਾਂ ਸ਼ਾਇਦ ਅੱਜ ਉਹ ਚੱਲ ਰਹੀ ਹੁੰਦੀ ਔਰ ਲੋਕ ਉਹਨਾਂ ਦਾ ਫਾਇਦਾ ਲੈ ਰਹੇ ਹੁੰਦੇ, ਲੇਕਿਨ ਉਹ ਚੀਜ਼ ਇਹ ਜੀ ਬਣ ਕੇ ਆਈ ਜਿਹੜੀ ਨਹੀਂ ਚੱਲ ਸਕੀ, ਉਹਨੂੰ ਪ੍ਰੋਪਰਲੀ ਨਹੀਂ ਚਲਾਇਆ ਗਿਆ, ਇਸ ਕਰਕੇ ਦਿੱਕਤ ਆਈ। ਅੱਛਾ, ਉਹ ਵੀ ਇਹਨਾਂ ਨੇ ਗੋਬਿੰਦ ਸਾਗਰ ਡੈਮ ਹੈ ਜਿਹੜਾ, ਉਹਦੀ ਝੀਲ ਹੈ, ਉਹਦੇ 'ਚ ਚਲਾਉਣੀਆਂ ਸੀਗੀਆਂ। ਦੇਖੋ ਜਿਹੜੀ ਕੱਲ ਮੀਟਿੰਗ ਹੋਈ ਹੈ ਉਹਦੇ ਵਿੱਚ ਨਾ ਇੱਕ ਚੀਜ਼ ਹੋਰ ਨਿਕਲ ਕੇ ਆਈ ਹੈ, ਸ਼ਾਇਦ ਤੁਹਾਨੂੰ, ਸ਼ਾਇਦ ਮੈਂ ਸਾਨੂੰ, ਉਹ ਮੈਂ ਉਸੇ ਤੇ ਆ ਰਿਹਾ ਸੀਗਾ, ਠੀਕ ਹੈ ਵੀ ਉਹ ਵੀ ਉੱਥੇ ਸੀ। ਉਹ ਪਤਾ ਨਹੀਂ ਜੀ ਉਹ ਮੈਨੂੰ ਕਿੱਥੇ ਸੀ, ਠੀਕ ਹੈ, ਲੇਕਿਨ ਜਿਹੜੀ ਉਹ ਨਵੀਂ ਚੀਜ਼ ਨਿਕਲ ਗਈ ਹੈ, ਗੋਬਿੰਦ ਸਾਗਰ ਡੈਮ ਦੇ ਵਿੱਚ ਨਾ ਇੱਕ ਝੀਲ ਹੈ, 16 ਏਕੜ ਦੀ ਇੱਕ ਝੀਲ ਹੈ, ਇੱਕ ਲੈਂਡ ਹੈ, ਇੱਕ ਓਸ਼ੀਅਨ ਬਣਿਆ ਹੋਇਆ, ਇੱਕ ਟਾਪੂ ਝੀਲ ਬਣਿਆ, ਝੀਲ ਉਹ ਬਹੁਤ ਵੱਡੀ ਹੈ, ਉਹਦੇ ਵਿੱਚ ਇੱਕ ਟਾਪੂ ਹੈ, ਆਈਲੈਂਡ ਬਣਿਆ ਹੋਇਆ ਬਿਲਕੁਲ, ਇੱਕ ਆਈਲੈਂਡ ਬਣਿਆ, ਇੱਕ ਲੈਂਡ ਹੈ, ਇੱਕ ਵਿਚਾਲੇ, ਉਹ ਜਿਹੜਾ ਆਈਲੈਂਡ ਹੈ ਉਹਨੂੰ ਸਰ ਉਹਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰ, ਰਿਵਾਈਵ ਕਹਿ ਲਓ ਜਾਂ ਉਹਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਜੀ ਮੇਰਾ ਸੁਪਨਾ ਹੈ, ਮੇਰਾ ਪ੍ਰੋਜੈਕਟ ਹੈ ਕਿ ਅਸੀਂ ਉਹਦੇ ਉੱਤੇ ਬਹੁਤ ਵਧੀਆ ਕੋਈ ਰਿਜ਼ੋਰਟ ਜਾਂ ਕੁਝ ਉਸ ਤਰ੍ਹਾਂ ਦੀ ਚੀਜ਼ ਬਣਾਈਏ ਟੂਰਿਜ਼ਮ ਵਾਸਤੇ, ਉਸਨੂੰ ਟੂਰਿਜ਼ਮ ਵਾਸਤੇ, ਤਾਂ ਕਿ ਲੋਕ ਉੱਥੇ ਆਉਣ ਔਰ ਆ ਕੇ ਉਹਨੂੰ ਦੇਖਣ, ਉਹ ਬਹੁਤ ਅੱਛੀ ਚੀਜ਼ ਬਣੂਗੀ ਅਗਰ ਉਸਨੂੰ ਬਣਾਇਆ ਜਾਵੇ, ਅਗਰ
ਉਹਦੇ ਵਿੱਚ ਜਿਹੜੀ ਪਲੈਨਿੰਗ ਸੀ ਨਾ, ਉਹ ਪਹਿਲੀ ਵਾਰੀ ਜਿਹੜੀ ਪਲੈਨਿੰਗ ਹੋਈ ਸੀ ਉਹ ਫੇਲ ਹੋਈ ਸੀ। ਕਿਉਂ ਫੇਲ ਹੋਈ ਸੀ? ਕਿ ਜਿਸ ਬੰਦੇ ਨੇ ਆਈਡੀਆ ਦਿੱਤਾ ਸੀ ਉਸ ਬੰਦੇ ਨੂੰ ਪਾਸੇ ਕਰ ਦਿੱਤਾ ਗਿਆ, ਉਹਨੂੰ ਸੁਣੀ ਨਹੀਂ ਗਈ। ਉਹਦੇ ਵਿੱਚੋਂ ਉਹਦਾ ਅੱਧਾ ਜਾਂ ਪੌਣਾ ਜਾਂ ਉਹ ਪਲਾਨ ਚੱਕ ਲਿਆ ਗਿਆ, ਲੇਕਿਨ ਉਹਦਾ ਜਿਹੜਾ ਮੇਨ ਪੁਆਇੰਟ ਸੀ ਉਸ ਪਲਾਨ ਦਾ ਉਹ ਨਹੀਂ ਚੱਕਿਆ ਗਿਆ, ਉਹਦੇ ਕਰਕੇ ਅਸੀਂ ਫੇਲ ਹੋਏ ਸੀ। ਜਦੋਂ ਦੂਸਰੀ ਵਾਰੀ ਉਹਨੂੰ ਰਿਵਾਈਵ ਕੀਤਾ ਗਿਆ, ਦੁਬਾਰਾ ਉਸ ਪਲਾਨ ਨੂੰ ਕੀਤਾ ਗਿਆ, ਉਸ ਬੰਦੇ ਨੂੰ ਬੁਲਾਇਆ ਗਿਆ, ਉਹ ਬੰਦੇ ਨੇ ਦੱਸਿਆ ਕਿ ਜੀ ਮੇਰਾ ਪਲਾਨ ਇਹਨਾਂ ਨੇ ਚੰਗ ਚੱਜ ਨਾਲ ਸੁਣਿਆ ਨਹੀਂ, ਮੋਟਾ ਮੋਟਾ ਚੱਕ ਲਿਆ, ਲੇਕਿਨ ਐਕਚੁਅਲ ਪਲਾਨ ਸੀ ਉਹਦੇ ਵਿੱਚ ਇੱਕ ਸੈਟੇਲਾਈਟ ਸੀ ਜਿਹਨੂੰ ਉਹਦੇ ਤੋਂ ਬਚਣਾ ਸੀਗਾ, ਜਿਹੜੀ ਅਮਰੀਕਾ ਦੀ ਸੈਟੇਲਾਈਟ ਸੀ, ਉਹਦੇ ਵੱਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਉਹੀ ਚੀਜ਼ ਇੱਥੇ ਹੁੰਦੀ ਹੈ ਕਿ ਜੀ ਪਲਾਨ ਕੋਈ ਦੇ ਜਾਂਦਾ ਹੈ, ਉਸ ਪਲਾਨ ਨੂੰ ਸੁਣ ਲਿੱਤਾ ਜਾਂਦਾ ਹੈ, ਜਿਹੜੇ ਆਪਣੇ ਬਿਊਰੋਕਰੈਟ ਨੇ ਜਾਂ ਜਿਹੜੇ ਆਪਣੇ ਇਹੋ ਜਿਹੇ ਬੰਦੇ ਨੇ ਜਿਹੜੇ ਨੇੜੇ ਹੋਣ ਦੀ ਕੋਸ਼ਿਸ਼ ਕਰਦੇ ਨੇ, ਕਿਸੇ ਹੋਰ ਦਾ ਪਲਾਨ ਚੱਕ ਕੇ ਉਹਨੂੰ ਚੋਰੀ ਕਰ ਲੈਂਦੇ ਨੇ ਜਾਂ ਉਸ ਤੋਂ ਪਲਾਨ ਲੈ ਲੈਂਦੇ ਨੇ ਜਾਂ ਉਹਦੀ ਗੱਲ ਸੁਣ ਕੇ ਆਪਦਾ ਪਲਾਨ ਬਣਾ ਕੇ ਭੇਜ ਦਿੰਦੇ ਨੇ, ਲੇਕਿਨ ਉਹ ਪ੍ਰੋਪਰਲੀ ਬਣਿਆ ਨਹੀਂ ਹੁੰਦਾ, ਕਿਉਂਕਿ ਜਿਹੜੇ ਓਰੀਜਨਲ ਪਲਾਨ ਬਣਿਆ ਹੁੰਦਾ ਉਹਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਉਹਨੂੰ ਇਗਨੋਰ ਕਰ ਦਿੱਤੀਆਂ ਜਾਂਦੀਆਂ ਨੇ ਤੇ ਪਲਾਨ ਕਾਮਯਾਬ ਨਹੀਂ ਹੁੰਦੇ। ਇਹ ਐਕਚੁਅਲੀ ਇਹਨਾਂ ਦਾ ਕਸੂਰ ਨਹੀਂ, ਇਹ ਜੇ ਨਾ ਸ਼ੁਰੂ ਤੋਂ ਹੀ ਇਸ ਦਾ ਬਲੱਡ ਦੇ ਵਿੱਚ ਹੀ ਹੈ ਕਹਿ ਲਓ, ਵੀ ਇੱਕ ਦੀ ਚੀਜ਼ ਚੱਕ ਲਈ, ਅਧੂਰੀ ਜਾਣਕਾਰੀ ਲੈ ਲਈ, ਨੀਮ ਹਕੀਮ ਖਤਰਾ ਜਾਨ ਜਿਹਨੂੰ ਕਹਿੰਦੇ ਹਨ, ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ। ਬਿਲਕੁਲ ਉਹਨਾਂ ਨੂੰ ਇਹ ਸੋਚਦੇ ਆ ਵੀ ਬਸ ਜਿੰਨਾ ਕਿ ਇਹਨੇ ਦੱਸਤਾ ਉਹਨਾਂ ਕੋ ਇਹਨਾਂ ਤੋਂ ਲੈ ਲਈਏ, ਬਾਕੀ ਆਪਾਂ ਆਪਣਾ ਵਿੱਚ ਜੋੜ ਲਈਏ ਤੇ ਉਹਨੂੰ ਕੰਪਲੀਟ ਕਰ ਲਾਂਗੇ। ਅਸਲ 'ਚ ਉਹ ਨਾ ਦੋਨੇ ਜੁੜਦੇ ਆ ਤੇ ਨਾ ਉਹਨਾਂ ਦਾ ਇੱਕ ਹੀ ਬਣਦਾ, ਉਹ ਅੱਧਾ ਅੱਧਾ ਹੀ ਹੁੰਦਾ ਤੇ ਦੂਜਾ ਅੱਧਾ ਅੱਧਾ ਹੁੰਦਾ। ਇਸ ਕਰਕੇ ਉਹਨੂੰ ਦੁਬਾਰਾ ਉਸ ਬੰਦੇ ਨੂੰ ਜਾ ਕੇ ਕੰਟੈਕਟ ਕਰਨਾ ਪਿਆ ਵੀ ਸਾਨੂੰ ਪੂਰਾ ਦੱਸੋ। ਬਿਲਕੁਲ ਆਹੀ ਚੀਜ਼ਾਂ ਪੁਰਾਣੇ ਪਲਾਨਸ ਦੇ ਵਿੱਚ ਹੋਈਆਂ। ਕਈ ਪਲਾਨ ਇਹੋ ਜਿਹੇ ਬਹੁਤ ਅੱਛੇ ਨੇ ਜਿਹੜੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਉਹ ਕਾਮਯਾਬ ਨਹੀਂ ਹੋਏ। ਉਹ ਕਾਮਯਾਬ ਇਸ ਕਰਕੇ ਨਹੀਂ ਹੋਏ ਕਿ ਉਹ ਪ੍ਰੋਪਰਲੀ ਇੰਪਲੀਮੈਂਟ ਨਹੀਂ ਹੋਏ। ਕਰਪਸ਼ਨ ਦੀ ਭੇਟ ਚੜ ਗਏ, ਲੈਕ ਆਫ ਨੋਲੇਜ, ਲੈਕ ਆਫ ਨੋਲੇਜ, ਲੈਕ ਆਫ ਐਕਸਪਰਟੀਜ਼, ਕਿਸੇ ਦਾ ਪਲਾਨ ਚਾ ਕੇ ਆਪਦਾ ਦੇ ਕੇ ਦੱਸ ਦਿੱਤਾ ਗਿਆ, ਪੂਰਾ ਪਲਾਨ ਐਕਵਾਇਰ ਨਹੀਂ ਕੀਤਾ ਗਿਆ। ਇਹਦੇ 'ਚ ਕਈ ਚੀਜ਼ਾਂ ਨੇ, ਹੁਣ ਮੈਨੂੰ ਨਹੀਂ ਪਤਾ ਕਿਹੜੇ ਕਿਹੜੇ ਪਲਾਨ 'ਚ ਕੀ ਕੀ ਮਿਸਮੈਨੇਜਮੈਂਟ ਹੋਈ, ਲੇਕਿਨ ਕਰਪਸ਼ਨ ਬਹੁਤ ਵੱਡਾ ਮੁੱਦਾ ਸੀ। ਕਈ ਪਲਾਨ ਇਹੋ ਜਿਹੇ ਫੇਲ ਹੋਏ ਜਿਹਦੇ 'ਚ ਕਰਪਸ਼ਨ ਸਭ ਨਾਲ ਵੱਡਾ ਮੁੱਦਾ ਸੀ। ਹੋਪ ਐਕਟੀ ਹੋਪ ਹੈ ਕਿ ਜਿਹੜੀ ਆਹ ਨਵੀਂ ਸਰਕਾਰ ਆਈ ਹੈ ਕਿ ਐਟਲੀਸਟ ਇਸ ਚੀਜ਼ ਦੇ ਵਿੱਚ ਕਰਪਸ਼ਨ ਨਹੀਂ ਹੋਊਗੀ, ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਇੰਪਲੀਮੈਂਟ ਕੀਤਾ, ਪ੍ਰੋਪਰ ਪਲਾਨ ਇੰਪਲੀਮੈਂਟ ਕੀਤਾ, ਐਜੂਕੇਸ਼ਨ ਦਾ ਪਲਾਨ ਪ੍ਰੋਪਰ ਇੰਪਲੀਮੈਂਟ ਕੀਤਾ, ਹੁਣ ਪੰਜਾਬ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਨੇ, ਜੇ ਉਹ ਪ੍ਰੋਪਰਲੀ ਕੀਤਾ ਜਾਵੇ, ਪਾਇਲਟ ਪ੍ਰੋਜੈਕਟ ਚਲਾ ਕੇ ਸਿਸਟਮ ਨਾਲ ਕੀਤਾ ਜਾਵੇ, ਤਾਂ ਸ਼ਾਇਦ ਇਹੋ ਜਿਹੇ ਪਲਾਨਸ ਪੰਜਾਬ ਦੇ ਵਿੱਚ ਭਰੇ ਪਏ ਨੇ। ਪੰਜਾਬ ਦੇ ਵਿੱਚ ਲੋਕਾਂ ਤੋਂ ਪੁੱਛੋਗੇ ਤੁਹਾਨੂੰ ਇੱਕ ਏ ਕਲਾਸ ਪਲਾਨ ਦੇਣਗੇ, ਇੱਕ ਤੋਂ ਇੱਕ ਅੱਛੇ ਪਲਾਨ ਦੇਣਗੇ, ਲੇਕਿਨ ਉਹਨਾਂ ਨੂੰ ਇੰਪਲੀਮੈਂਟ ਤਰੀਕੇ ਨਾਲ ਕਰ ਲਓਗੇ ਤਾਂ ਸਭ ਕੁਝ ਚੱਲ ਜਾਏ। ਬਿਲਕੁਲ, ਉਹਨਾਂ ਪ੍ਰੋਜੈਕਟਸ ਵੱਲ ਉਹਨਾਂ ਸੁਝਾਵਾਂ ਵੱਲ ਧਿਆਨ ਦੇਣ ਦੀ ਲੋੜ ਹੈ। ਇੱਕ ਹੋਰ ਮੈਂ ਮਾਨ ਸਾਹਿਬ ਦੀ ਸਪੀਚ ਸੁਣਿਆ ਸੀ, ਉਹਨਾਂ ਨੇ ਦੱਸਿਆ ਸੀਗਾ ਵੀ ਜਿਵੇਂ ਡਾਇਰੈਕਟ ਫਲਾਈਟਸ ਜਿਹੜੀਆਂ ਹੈਗੀਆਂ ਉਹ ਕੈਨੇਡਾ ਤੋਂ, USA ਤੋਂ, ਇੰਗਲੈਂਡ ਤੋਂ, ਪੈਰਿਸ ਤੋਂ, ਵਟਐਵਰ, ਹਨਾ, ਜਿੱਥੋਂ ਵੀ ਇੰਟਰਨੈਸ਼ਨਲ ਫਲਾਈਟਸ ਹੁੰਦੀਆਂ ਉਹ ਪੰਜਾਬ ਦੇ ਵਿੱਚ ਡਾਇਰੈਕਟ ਆਇਆ ਕਰਨ, ਬਜਾਏ ਇਹਦੇ ਕਿ ਉਹ ਦਿੱਲੀ ਤੋਂ ਉਤਰ ਕੇ ਜਿਹੜੇ ਟੂਰਿਸਟ ਆ ਜਾਂ ਉਹ ਆਇਆ ਕਰਨ। ਬਿਲਕੁਲ, ਐਕਚੁਅਲੀ ਕੀ ਹੈ ਕਿ 3 ਏਅਰਲਾਈਨਸ ਨਾਲ ਗੱਲ ਚੱਲ ਰਹੀ ਹੈ ਹੁਣ, ਕਿਉਂਕਿ ਟਾਟਾ ਗਰੁੱਪ, ਦੇਖੋ ਇੱਕ ਟਾਟਾ ਗਰੁੱਪ ਜਿਹੜਾ ਹੈ ਨਾ ਉਹ ਬਹੁਤ ਵਧੀਆ ਗਰੁੱਪ ਹੈ ਜਿਹੜੇ ਕਿ ਕਰਪਸ਼ਨ ਤੋਂ ਬਾਹਰ ਨੇ। ਟਾਟਾ ਗਰੁੱਪ ਕਰਪਸ਼ਨ ਤੋਂ ਬਾਹਰ ਹੈ, ਤੇ ਟਾਟਾ ਗਰੁੱਪ ਦੀਆਂ 2 ਏਅਰਲਾਈਨਸ ਨੇ, ਇੱਕ ਹੈ ਵਿਸਤਾਰਾ, ਇੱਕ ਏਅਰ ਇੰਡੀਆ ਜਿਹੜੀ ਟਾਟਾ ਨੇ ਖਰੀਦੀ, ਏਅਰ ਇੰਡੀਆ ਦਾ ਇੰਡੀਅਨ ਏਅਰਲਾਈਨ ਜਿਹੜੀ ਟਾਟਾ ਨੇ ਖਰੀਦੀ ਉਹਦਾ ਨਾਮ ਬਦਲ ਕੇ ਹੁਣ ਉਹ ਟਾਟਾ ਸਕਾਈ ਉਹਦਾ ਨਾਮ ਰੱਖ ਰਹੇ ਨੇ। ਅੱਛਾ, ਉਹਨਾਂ ਨੇ ਨਾਮ ਬਦਲ ਰਹੇ ਨੇ, ਉਹਦਾ ਨਾਮ ਟਾਟਾ ਸਕਾਈ ਹੋ ਜਾਊਗਾ। ਠੀਕ ਹੈ, ਔਰ ਜਿਹੜੀ ਟਾਟਾ ਸਕਾਈ ਜਿਹੜੀ ਆਪਣੇ ਘਰੇ ਛੱਤਰੀ ਲੱਗੀ ਹੁੰਦੀ, DTH ਲੱਗੀ ਹੁੰਦੀ ਹੈ, ਉਹਦਾ ਨਾਮ ਉਹ ਚੇਂਜ ਕਰ ਰਹੇ ਨੇ, ਉਹ ਚੇਂਜ ਕਰਕੇ ਕੁਝ ਹੋਰ ਰੱਖ ਰਹੇ ਨੇ। ਅੱਛਾ, ਤੇ ਜਿਹੜੀ ਏਅਰਲਾਈਨਸ ਦਾ ਨਾਮ ਹੈ ਉਹ ਟਾਟਾ ਸਕਾਈ ਹੋ ਜਾਏਗਾ। ਟਾਟਾ ਸਕਾਈ, ਵਿਸਤਾਰਾ ਜਿਹੜੀ ਉਹ ਵੀ ਟਾਟਾ ਦੀ ਹੈ, ਇਹ ਦੋਨੋਂ ਪਲੱਸ ਸਿੰਗਾਪੁਰ ਏਅਰਲਾਈਨਸ ਹੈ ਉਹ ਵੀ ਟਾਟਾ ਦਾ ਹਿੱਸਾ ਹੈ ਉਹਦੇ ਵਿੱਚ। ਅੱਛਾ, ਠੀਕ ਹੈ, ਉਹਦੇ ਵਿੱਚ ਵੀ ਟਾਟਾ ਦਾ ਹਿੱਸਾ ਹੈ, ਉਹ ਵੀ ਉਹ ਸਾਰੇ ਫਲਾਈਟਸ ਲੈਣਗੇ। ਅਲੋਂਗ ਵਿਦ ਦੈਟ ਪੰਜਾਬ ਗਵਰਨਮੈਂਟ ਦੀ ਬ੍ਰਿਟਿਸ਼ ਏਅਰਵੇਜ਼ ਨਾਲ ਵੀ ਗੱਲ ਚੱਲ ਰਹੀ ਹੈ, ਔਰ ਏਅਰ ਕੈਨੇਡਾ ਦੇ ਨਾਲ ਵੀ ਗੱਲ ਚੱਲ ਰਹੀ ਹੈ ਕਿ ਡਾਇਰੈਕਟ ਫਲਾਈਟਸ ਜਿਹੜੀਆਂ ਫੋਰਨ ਦੀਆਂ ਡਾਇਰੈਕਟ ਫਲਾਈਟਸ ਹੈ, ਕਿਉਂਕਿ ਕਸਟਮਰ ਅਵੇਲੇਬਲ ਹੈ, ਕਿਉਂਕਿ ਯਾਤਰੀ ਹੈਗੇ ਨੇ ਜਿਹੜੇ ਦਿੱਲੀ ਜਾ ਕੇ ਬੋਰਡ ਕਰਦੇ ਨੇ ਉਹ ਇੱਥੋਂ ਬੋਰਡ ਕਰਨਗੇ। ਜੇ ਉਹ ਸਾਰਾ ਕੁਝ ਹੋ ਗਿਆ, ਇਹ ਸਾਰੀਆਂ ਗੱਲਾਂ ਚੱਲ ਰਹੀਆਂ ਨੇ, ਸਾਡੇ ਕੋਲ ਇੰਟਰਨੈਸ਼ਨਲ ਏਅਰਪੋਰਟਸ ਅਵੇਲੇਬਲ ਨੇ, ਸਾਡੇ ਕੋਲ ਏਅਰਪੋਰਟ ਹੈਗੇ ਨੇ, ਮੋਹਾਲੀ ਵਾਲਾ ਹੈ, ਅੰਮ੍ਰਿਤਸਰ ਵਾਲਾ ਹੈ, ਹੋਰ ਵੀ ਬਣ ਸਕਦੇ ਨੇ। ਬਠਿੰਡਾ ਦੇ ਵਿੱਚ ਇੱਕ ਏਅਰਪੋਰਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਅਗਰ ਉਹਨੂੰ ਵੀ ਤਰੀਕੇ ਨਾਲ ਬਣਾਇਆ ਜਾਵੇ ਅਵੇਲੇਬਲ ਹੈ, ਉੱਥੇ ਵੀ ਚੱਲ ਸਕਦਾ, ਉਹ ਬੰਜਰ ਹੋ ਰਿਹਾ ਪਿਆ। ਇਹ ਸਾਰੇ ਏਅਰਪੋਰਟਸ ਰਿਵਾਈਵ ਕੀਤੇ ਜਾ ਸਕਦੇ ਨੇ, ਔਰ ਅਗਰ ਫਲਾਈਟਸ ਆਉਣੀਆਂ ਸ਼ੁਰੂ ਹੋ ਗਿਆ ਇੰਟਰਨੈਸ਼ਨਲ ਫਲਾਈਟਸ, ਤਾਂ ਆਪਾਂ ਬਹੁਤ ਅੱਗੇ ਵੱਧ ਜਾਵਾਂਗੇ। ਔਰ ਸਪੈਸ਼ਲੀ ਟਾਟਾ ਇੰਡਸਟਰੀ ਆਉਣ ਤੋਂ ਬਾਅਦ ਹੋਰ ਬਹੁਤ ਇੰਡਸਟਰੀਜ਼ ਆਉਣਗੀਆਂ, ਔਰ ਅਗਰ ਸਰਕਾਰ ਬਿਨਾਂ ਕਰਪਸ਼ਨ ਦੇ ਸਹੀ ਤਰੀਕੇ ਨਾਲ ਅਗਰ ਕੰਮ ਕਰੇਗੀ ਤਾਂ ਬਹੁਤ ਇਹੋ ਜਿਹੀਆਂ ਇੰਡਸਟਰੀਜ਼ ਆਉਣਗੀਆਂ ਜਿਹਦੇ ਨਾਲ ਲੋਕ ਵੀ ਆਉਣਗੇ, ਫਲਾਈਟਸ ਵੀ ਆਉਣਗੀਆਂ, ਔਰ ਫਲਾਈਟਸ ਦੇ ਵਿੱਚ ਜਾਣ ਵਾਲੇ ਯਾਤਰੀ ਵੀ ਹੋਣਗੇ, ਇੰਪਲੋਇਮੈਂਟ ਵੀ ਆਊਗੀ, ਇੰਪਲੋਇਮੈਂਟ ਤਾਂ ਆਏਗੀ ਆਏਗੀ, ਉਹਦੇ ਨਾਲ ਆਉਣ ਜਾਣ ਵਾਲੇ ਯਾਤਰੀ ਵੀ ਹੋਣਗੇ। ਅਗਰ ਆਪਾਂ ਏਅਰਲਾਈਨਸ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਉਹਦੇ ਨਾਲ ਪੰਜਾਬ ਬਹੁਤ
और पंजाब नूं अगे जाना चाहिए। ठीक है दर्शको, अज वास्ते इन्ना ही काफ़ी है। भाजी ने एक नव नाम देता पंजाब नूं, शाइनिंग पंजाब, जिन्हों आपां पहलां रंगले पंजाब ना जानते सीगे, रंगला पंजाब ते शाइनिंग पंजाब। बस पंजाब की जिहड़ी चमक है वह बरकरार रहनी चाहिए है, वह ढोल, वह नगारे, वह तुंबियां, वह गिलजे, वह जे की कहते हैं भाजी जो कच्छ जावे जाके तुंबियां है ना, वो जरा कहते हैं भाजी वो कच्छ पाके बंदे वगतू है ना, वो वजने चाहिए है, तो दूर तक आवाजा आनी चाहिए। मुद्दे का होर भी चेपा उन्होंने वन बाय वन लवेंगे, पर जोड़ा अज का यह मुद्दा है आप इतनी कर क्लोज करते हैं इस सिलसिले में, इस विचार में असं इतनी अज रोकते हैं, कल फिर मिलेंगे एक नवे मुद्दे के नाल। भाजी बहुत बहुत धन्यवाद, ठीक है जी, सत श्री अकाल।